ਅੱਛਾ, ਯੂਰਿਕ ਐਸਿਡ ਹੁੰਦਾ ਕੀ ਆਪਾਂ ਵੀ ਦੱਸ ਦਈਏ, ਜਿਹੜੇ ਆਪਣੇ ਪੈਰਾਂ ਦੇ ਅੰਗੂਠੇ ਆ ਨਾ, ਮੈਟਾਟਾਰਸਲ ਜਿਹੜਾ ਫਰੈਂਜੀਅਲ ਜੁਆਇੰਟ ਹੈ, ਜਾਂ ਆਪਾਂ ਸਮਝੀਏ ਕਿ ਜਿਹੜਾ ਅੰਗੂਠਾ ਹੈ ਜਿੱਥੇ ਆਪਣਾ ਅੰਗੂਠਾ ਹੈਗਾ ਨਾ ਸੈਂਟਰ ਦੇ ਵਿੱਚ, ਇੰਨੀ ਜ਼ਬਰਦਸਤ ਲਾਲੀ ਤੇ ਪੇਨ ਆਉਂਦੀ ਹੈ ਕਿ ਬੰਦਾ ਤੁਰ ਨਹੀਂ ਪਾਉਂਦਾ, ਬੂਟ ਨਹੀਂ ਪਾ ਪਾਉਂਦਾ, ਚੱਪਲਾਂ ਨਹੀਂ ਪਾ ਪਾਉਂਦਾ, ਤੇ ਮੇਨ ਤਾਂ ਇਹ ਪੈਰਾਂ 'ਚ ਪਕੜਦਾ ਟੋ ਫਿੰਗਰ ਦੇ, ਉਸ ਤੋਂ ਬਾਅਦ ਇਹ ਹੱਥਾਂ ਦੇ ਜੋੜਾਂ ਦੇ ਪਕੜਦਾ, ਛੋਟੇ ਜੋੜ ਪਕੜਦਾ ਇਹ, ਠੀਕ ਹੈ, ਉੱਥੋਂ ਵੀ ਮਤਲਬ ਲਾਲ ਹੋ ਜਾਂਦਾ, ਹਾਂ ਲਾਲੀ ਇੱਥੇ ਆ ਜਾਂਦੀ ਸਾਈਡ ਦੇ ਵਿੱਚ, ਅੰਗੂਠੇ ਕੋਲ ਆ ਜਾਂਦੀ ਹੈ, ਠੀਕ ਹੈ, ਤੇ ਇਹ ਜਿਹੜਾ ਮੇਨ ਇਹਨੇ ਅੰਗੂਠਾ ਪਕੜਨਾ, ਕਿਉਂ ਅੰਗੂਠਾ ਕਿਉਂ ਪਕੜਨਾ, ਸਭ ਤੋਂ ਜ਼ਿਆਦਾ ਅੰਗੂਠਾ ਹਿਲਦਾ ਸਾਡੇ ਹੱਥ ਚੋਂ, ਅੰਗੂਠਾ ਸਭ ਤੋਂ ਜ਼ਿਆਦਾ ਹਿਲਦਾ, ਅੱਛਾ, ਤੇ ਜਿਹੜਾ ਮਤਲਬ ਕਿ ਆਪਣਾ ਹੱਥ ਮੈਕਸਿਮਮ ਹਿੱਲੇਗਾ ਤਾਂ ਉੱਥੇ ਤੁਹਾਨੂੰ ਪਤਾ ਲੱਗੇਗਾ ਨਾ, ਹਾਂਜੀ, ਉਹ ਚੀਚੀ ਉਂਗਲ ਤਾਂ ਆਪਣੀ ਹਿਲਦੀ ਨਹੀਂ ਜ਼ਿਆਦਾ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਤਿੰਨ ਚੀਜ਼ਾਂ, ਤਿੰਨ ਉਂਗਲਾਂ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ, ਪੈਰਾਂ ਦੇ ਵਿੱਚ ਵੀ ਆਪਣੇ ਅੰਗੂਠਾ ਬਹੁਤ ਜ਼ਿਆਦਾ ਹਿਲਦਾ, ਉੱਥੇ ਪੇਨ ਆਉਂਦੀ ਹੈ, ਠੀਕ ਹੈ ਜੀ, ਸੁੱਜ ਵੀ ਜਾਂਦੀ ਹੈ, ਸੁੱਜ ਵੀ ਜਾਂਦੀ ਹੈ, ਲਾਲ ਹੋ ਜਾਂਦੀਆਂ ਮੈਡਮ, ਜਿਹਨਾਂ ਨੂੰ ਹੈਗੀ ਤਕਲੀਫ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਤੁਰ ਨਹੀਂ ਪਾਉਂਦੇ ਉਹ, ਤੇ ਇਹ ਹੁੰਦਾ ਐਕਿਊਟ, ਐਕਿਊਟ ਸਟੇਜ ਆ ਗਈ, ਬਹੁਤ ਜ਼ਿਆਦਾ ਵਧੀ ਹੋਈ ਚੀਜ਼ ਆ ਗਈ, ਤੇ ਇਹ ਜਿਹੜਾ ਜੁਆਇੰਟ ਦੇ ਵਿੱਚ ਹੁਣ ਦਰਦ ਕੀ ਹੁੰਦੀ ਹੈ ਕਿ ਜੁਆਇੰਟ ਦੇ ਵਿੱਚ ਇੱਕ ਜਿਹੜਾ ਆਇਲ ਹੁੰਦਾ ਹੈ ਜਿਹਦੇ ਨਾਲ ਆਪਣਾ ਜੁਆਇੰਟ ਚੱਲਦਾ ਹੈ, ਸਾਨੂੰ ਮਹਿਸੂਸ ਨਹੀਂ ਹੁੰਦਾ ਹਿੱਲ ਰਿਹਾ, ਉਹਦੇ ਵਿੱਚ ਕਿਰਕ ਆ ਜਾਂਦੀ ਹੈ, ਉਹ ਜਿਹੜੀ ਕਿਰਕ ਹੈ ਨਾ ਉਹਨੂੰ ਆਪਾਂ ਸਮਝੀਏ ਕਿ ਯੂਰਿਕ ਐਸਿਡ ਹੈ, ਯਾਨੀ ਕਿ ਕੁਛ ਫੀਲ ਹੋਣਾ, ਤੁਹਾਨੂੰ ਐ ਫੀਲ ਹੋਏਗਾ ਕਿ ਰੇਤ ਆ ਗਈ, ਐ ਫੀਲ ਹੋਏਗਾ ਕੁਛ ਨਾ, ਮਤਲਬ ਫ੍ਰਿਕਸ਼ਨ ਜੀ ਆ ਗਈ ਇੱਥੇ, ਉਹ ਜਿਹੜੀ ਫ੍ਰਿਕਸ਼ਨ ਹੈ ਨਾ ਉਹ ਯੂਰਿਕ ਐਸਿਡ ਹੈ, ਰੇਤ ਜਿਹੜੀ ਮੈਂ ਚੀਜ਼ ਬੋਲੀ ਹੈ, ਯੂਰਿਕ ਐਸਿਡ ਇਜ਼ ਫਾਊਂਡ ਇਨ ਏ ਫਾਰਮ ਆਫ ਕ੍ਰਿਸਟਲਸ, ਇਹ ਇੱਕ ਕ੍ਰਿਸਟਲਾਈਨ ਹੈ, ਇਹ ਦਾਣੇ ਵਾਂਗੂ ਹੁੰਦਾ ਹੈ ਖੂਨ ਦੇ ਵਿੱਚ, ਅੱਛਾ, ਤੇ ਇਹਨੂੰ ਕਿਡਨੀ ਫਟਾਫਟ ਬਾਹਰ ਕੱਢਦੀ ਹੈ, ਤੇ ਇਹਦੀ ਨੋਰਮਲ ਵੈਲਿਊ ਹੈਗੀ ਹੈ, ਹਾਂ ਇੱਕ ਸਵਾਲ ਹੋਰ ਆਉਂਦਾ ਕਿ ਆਦਮੀਆਂ ਤੇ ਔਰਤਾਂ 'ਚ ਕਿੰਨਾ ਕੁ ਨੋਰਮਲ ਹੈ, ਅੱਛਾ, ਇਹ ਡਿਫਰੈਂਟ ਡਿਫਰੈਂਟ ਲੈਬ ਦੇ ਡਿਫਰੈਂਟ ਡਿਫਰੈਂਟ ਵੈਲਿਊਸ ਆਉਂਦੀਆਂ ਨੇ, ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ ਕਿ ਇਹ ਮੇਲਸ ਦੇ ਵਿੱਚ ਇਹ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ, ਅੱਛਾ, ਉਹਨਾਂ ਦੀ 7 mg/dL ਉਹ ਅਲਾਊਡ ਹੈ, 7 ਸਮਝੋ ਸੀ, ਜਿਹੜੀ ਫੀਮੇਲਸ ਹੈਗੀਆਂ ਉਹ 5 ਤੋਂ ਉੱਪਰ ਹੈਗਾ ਤਾਂ ਉਹ ਧਿਆਨ ਰੱਖਣ, ਠੀਕ ਹੈ, ਤੇ ਮੇਲਸ ਹੈਗੇ ਆ ਜਿਹੜੇ ਉਹ 7 ਤੋਂ ਉੱਪਰ, ਮਤਲਬ ਇੱਕ ਬੈਲੈਂਸਡ ਜਿਹੜਾ ਹੈਗੀ ਹੈ ਰਿਕੁਆਇਰਮੈਂਟ, ਇਹ ਮੇਲ ਦੇ ਵਿੱਚ ਜ਼ਿਆਦਾ ਵੈਲਿਊ ਹੈਗੀ ਹੈ ਇਹਦੀ, ਤੇ ਜਿਹੜੀ ਉਹ ਕਿਰਕ ਆ ਜਾਂਦੀ ਹੈ ਸਾਡੇ ਜੋੜ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਆ ਗਾਊਟ, ਜਾਂ ਅਸੀਂ ਆਰਥਰਾਈਟਿਕ ਕਹਿ ਦਿੰਦੇ ਹਾਂ, ਜਾਂ ਅਸੀਂ ਇਹਨੂੰ ਗਠੀਆ ਕਹਿ ਦਿੰਦੇ ਹਾਂ, ਗਠੀਆ ਦੀ ਦੇਖੋ ਕਈ ਵਰਾਇਟੀ ਹੈਗੀਆਂ, ਉਹਦੇ ਵਿੱਚੋਂ ਇੱਕ ਵਰਾਇਟੀ ਹੈਗੀ ਹੈ ਯੂਰਿਕ ਐਸਿਡ ਦੀ, ਜਿਹਨੂੰ ਆਪਾਂ ਗਾਊਟ ਨੂੰ ਕਹਿ ਦਿੰਦੇ, ਇਹ ਆਂਦਾ ਆਰਥਰਾਈਟਿਸ ਦੀ ਵਰਾਇਟੀ ਦੇ ਵਿੱਚ ਹੀ ਹੈ, ਆਰਥਰਾਈਟਿਸ ਮੀਨਸ ਕਿ ਜੋੜਾਂ ਦੇ ਵਿੱਚ ਦਰਦ ਹੋਣਾ, ਇਨਫਲਾਮੇਸ਼ਨ ਆਉਣਾ, ਤੇ ਉਸ ਤੋਂ ਅਗਲਾ ਪੁਆਇੰਟ ਹੈਗਾ ਹੈ ਜਿਹੜਾ ਤੁਹਾਨੂੰ ਸਮਝਾਇਆ ਕਿ ਇਹ ਗਾਊਟ ਹੁੰਦਾ, ਇਹਨੂੰ ਗਾਊਟ ਕਹਿੰਦੇ ਆ, ਇਹ ਆਰਥਰਾਈਟਿਕ ਦੀ ਇੱਕ ਵਰਾਇਟੀ ਹੈਗੀ ਹੈ, ਤੇ ਹੁਣ ਇਹਦਾ ਅਗਲਾ ਜਿਹੜਾ ਅਗਲਾ ਆਪਾਂ ਚੀਜ਼ ਨਹੀਂ ਖਾਣੀ ਇਹਦੇ ਵਿੱਚ, ਉਹ ਹੈਗੀ ਹੈ ਕਿ ਹਾਈ ਸ਼ੂਗਰ ਮਿੱਠਾ, ਠੀਕ ਹੈ, ਤੇ ਫਰਕਟੋਸ, ਆਪਾਂ ਇੱਕ ਨਾ ਫਰਕਟੋਸ ਕੌਰਨ ਸਿਰਪ ਮਿਲਦਾ, ਸਾਨੂੰ ਪਤਾ ਨਹੀਂ ਹੈ, ਅਸੀਂ ਕੋਈ ਡਰਿੰਕ ਲੈਂਦੇ ਨਾ ਬਾਹਰੋਂ ਦੀ, ਕੋਈ ਡਰਿੰਕ ਪੀਂਦੇ ਹਾਂ ਜਿਹੜਾ ਮਿੱਠਾ ਜ਼ਿਆਦਾ ਹੁੰਦਾ, ਉਹ 'ਚ ਲਿਖਿਆ ਹੁੰਦਾ ਕਿ ਸ਼ੂਗਰ ਫਰੀ, ਉਹਨਾਂ ਨੇ ਪਾਇਆ ਹੁੰਦਾ ਫਰਕਟੋਸ, ਮਤਲਬ ਕਿ ਮਿੱਠੇ ਦਾ ਇੱਕ ਰੂਪ ਹੈ, ਜੋ ਅਸੀਂ ਫੈਟੀ ਲੀਵਰ 'ਚ ਵੀ ਕਿਹਾ ਸੀ ਕਿ ਫਰਕਟੋਸ ਜਿਹੜਾ ਹੈਗਾ ਉਹ ਫੈਟੀ ਲੀਵਰ ਪੈਦਾ ਕਰਦਾ, ਤੇ ਜਿੰਨੇ ਵੀ ਇਹ ਮਿੱਠਾ ਹੈ ਨਾ, ਜਿੰਨਾ ਵੀ ਇਹ ਮਿੱਠੇ ਵਾਲੀ ਚੀਜ਼ਾਂ, ਇਹ ਹਿਡਨ ਮਿੱਠਾ ਹੈ, ਤੁਹਾਨੂੰ ਪਤਾ ਨਹੀਂ ਲੱਗਦਾ, ਤੁਸੀਂ ਜੂਸ ਪੀਂਦੇ ਹੋ, ਲੇਵਲ ਜ਼ਰੂਰ ਪੜ੍ਹਨਾ ਕਿ ਇਹ ਜਿਹੜਾ ਮਿੱਠਾ ਹੈਗਾ ਜੂਸ ਦੇ ਵਿੱਚ ਉਹ ਕੀ ਆ, ਉਹ ਨੈਚੁਰਲ ਹੈ ਕਿ ਇੱਕ ਹੁੰਦਾ ਐਡਿਡ ਸ਼ੂਗਰ, ਉਹਨਾਂ ਨੇ ਚੀਨੀ ਸਾਫ਼ ਲਿਖਿਆ ਹੁੰਦਾ, ਇੱਕ ਹੁੰਦਾ ਕਿ ਨੋ ਪ੍ਰੀਜ਼ਰਵੇਟਿਵ, ਉਹਨਾਂ ਨੇ ਨਮਕ ਪਾਇਆ ਹੁੰਦਾ,
ਜਿਹੜਾ ਨੋ ਪ੍ਰੀਜ਼ਰਵੇਟਿਵ ਹੈ ਨਾ, ਇਹ ਪ੍ਰੀਜ਼ਰਵੇਟਿਵ ਹੁੰਦੇ ਸਿਟ੍ਰਿਕ ਐਸਿਡ, ਸੋਡੀਅਮ ਬੈਂਜੋਏਟ, ਆਪਾਂ ਅਚਾਰ ਚੂਰ ਚ ਪਾ ਲੈਂਦੇ ਹਾਂ ਪਾਊਡਰ ਜਾਂ ਮਾਰਕੀਟ ਤੋਂ ਲੈ ਕੇ, ਜਿਹੜਾ ਅਚਾਰ ਖਰਾਬ ਨਹੀਂ ਹੁੰਦਾ, ਉਹ ਹੁੰਦੇ ਪ੍ਰੀਜ਼ਰਵੇਟਿਵ. ਜਿੱਥੇ ਲਿਖਿਆ ਹੋਗਾ ਨਾ ਨੋ ਪ੍ਰੀਜ਼ਰਵੇਟਿਵ, ਤੁਸੀਂ ਆਪੇ ਦੱਸੋ ਕਿ ਔਰੇਂਜ ਜੂਸ ਤੁਸੀਂ ਕੱਢੋਗੇ ਇਹ ਬੋਤਲ ਚ ਬੰਦ ਕਰ ਦੋ, ਬਿਨਾਂ ਪ੍ਰੀਜ਼ਰਵੇਟਿਵ ਤੋਂ ਰਹਿ ਜਾਏਗਾ 6 ਮਹੀਨੇ? ਬਿਲਕੁਲ ਵੀ ਨਹੀਂ, ਉਹ ਤਾਂ 2 ਘੰਟੇ ਖਰਾਬ ਹੋ ਜਾਏ ਗਰਮੀ ਦੇ ਵਿੱਚ. ਤੇ ਉਹ ਜਿਹੜਾ ਨੋ ਪ੍ਰੀਜ਼ਰਵੇਟਿਵ ਹੈ ਨਾ, ਉੱਥੇ ਇਹਨਾਂ ਨੇ ਕੀ ਪਾਇਆ ਹੈ? ਨਮਕ. ਨਮਕ ਇਜ਼ ਨੋਟ ਇਨ ਦੀ ਕੈਟਾਗਰੀ ਆਫ ਪ੍ਰੀਜ਼ਰਵੇਟਿਵ. ਨੂਨ ਜਿਹੜਾ ਹੈਗਾ ਉਹ ਪ੍ਰੀਜ਼ਰਵੇਟਿਵ ਦੀ ਕੈਟਾਗਰੀ ਚ ਨਹੀਂ ਆਉਂਦਾ. ਅਸੀਂ ਘਰ ਅਚਾਰ ਪਾਉਂਦੇ ਹਾਂ, ਕਿੰਨੇ ਨੂਨ ਪਾਉਂਦੇ ਹਾਂ ਉਹਦੇ ਵਿੱਚ. ਤੇ ਇਹਦੇ ਵਿੱਚ ਹੁਣ ਘੁੰਮ ਕੇ ਉੱਥੇ ਆ ਗਏ ਨਾ, ਜਿਹੜਾ ਨਮਕ ਹੈ ਉਹ ਵੀ ਇਹਦੇ ਵਿੱਚ ਨਹੀਂ ਖਾਣਾ. ਜਿਸ ਤਰ੍ਹਾਂ ਅਚਾਰ ਚ ਮਿਲਦਾ ਨਮਕ, ਗੱਲ ਤਾਂ ਭੁੱਲਦੀ ਹੋ ਜਾਂਦੀ ਹੈ. ਹੁਣ ਅਚਾਰ ਤੁਸੀਂ ਨੂਨ ਪਾਉਂਦੇ ਆ, ਪਾਪੜਾਂ ਚ ਨੂਨ ਹੁੰਦਾ ਹੈ ਬਹੁਤ ਜ਼ਿਆਦਾ, ਸੌਸਿਸ ਵਿੱਚ ਨੂਨ ਹੁੰਦਾ ਹੈ, ਤੇ ਇਹ ਜਿਹੜੇ ਜੂਸਿਸ ਹੈਗੇ ਆ ਇਹਨਾਂ ਚ ਵੀ ਪਾਉਂਦੇ, ਇਹਨਾਂ ਵਿੱਚ ਵੀ ਹੁੰਦਾ ਹੈ. ਤੇ ਆਪਾਂ ਮਤਲਬ ਘੁੰਮ ਫਿਰ ਕੇ ਆਪਾਂ ਇਹ ਚੀਜ਼ ਦੇਖਣੀ ਹੈ ਕਿ ਜਿਹਦੇ ਵਿੱਚ ਸੋਡੀਅਮ ਹੈਗਾ ਉਹ ਆਪਾਂ ਨਹੀਂ ਲੈਣਾ. ਸੋਡੀਅਮ ਕੀ ਕਰਦਾ? ਇਹ ਬੋਡੀ ਦੇ ਵਿੱਚ ਸਾਡੇ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ. ਇਹ ਪਾਣੀ ਮਤਲਬ ਬੋਡੀ ਚੋਂ ਬਾਹਰ ਜਾਣ ਨਹੀਂ ਦਿੰਦਾ. ਬੋਡੀ ਚੋਂ ਹੁਣ ਬਾਹਰ ਪਾਣੀ ਜਾਏਗਾ ਨਹੀਂ, ਸਾਡੀ ਜਿਹੜੀ ਕਿਡਨੀ ਚੋਂ ਗੰਦ ਨਿਕਲੇਗਾ ਕਿਸ ਤਰ੍ਹਾਂ? ਜਿਹੜਾ ਹੁਣ ਪਾਣੀ ਹੈ, ਪਿਸ਼ਾਬ ਹੈ, ਉਹ ਤਾਂ ਹੁਣ ਪਾਣੀ ਤੋਂ ਹੀ ਬਣਨਾ ਨਾ. ਸੋਡੀਅਮ ਦੇ ਬਾਹਰ ਕੱਢਣ ਨਹੀਂ ਦੇਣਾ ਪਾਣੀ. ਸਾਡਾ ਪਿਸ਼ਾਬ ਘੱਟ ਜਾਂਦਾ, ਬੀਪੀ ਵੱਧ ਜਾਂਦਾ, ਜਿਹਨੂੰ ਸੋਡੀਅਮ ਦੀ ਪ੍ਰੋਬਲਮ ਹੈਗੀ ਹੈ. ਤੇ ਮਤਲਬ ਕਿ ਇਹ ਜਿਹੜਾ ਹੁਣ ਜਿਹੜਾ ਪਾਣੀ ਚੀਜ਼ ਇਕੱਠਾ ਹੋ ਗਿਆ, ਤੇ ਉਹ ਯੂਰਿਕ ਐਸਿਡ ਤਾਂ ਜਿਹੜਾ ਬਾਹਰ ਨਿਕਲਣਾ ਕਿੱਥੋਂ ਹੈ? ਕਿਡਨੀ ਤੋਂ, ਪਿਸ਼ਾਬ ਰਾਹੀਂ. ਪਿਸ਼ਾਬ ਥੋੜਾ ਘੱਟ ਜਾਏਗਾ, ਬੀਪੀ ਵੱਧ ਜਾਏਗਾ, ਤੇ ਯੂਰਿਕ ਐਸਿਡ ਬਣਨਾ ਸ਼ੁਰੂ ਹੋ ਜਾਂਦਾ. ਤੇ ਜਿਹੜੇ ਆ ਖਾਸ ਕਰ ਜਿਹੜੇ ਆਰਟੀਫਿਸ਼ਲੀ ਜਿਹੜੇ ਫਲੇਵਰਡ ਨੇ ਜਾਂ ਮਿੱਠਾ, ਹਾਂ, ਇਹਨਾਂ ਚ ਪਾਇਆ ਹੁੰਦਾ ਇਹਨਾਂ ਨੇ, ਉਹ ਤੁਸੀਂ ਖਾਸ ਧਿਆਨ ਰੱਖਣਾ. ਤੇ ਇੱਕ ਜਿਹੜੀ ਐਸਿਡਿਕ ਡਾਇਟ ਹੈ, ਐਸਿਡਿਕ ਡਾਇਟ ਦਾ ਮਤਲਬ ਹੁੰਦਾ ਕਿ ਆਪਾਂ ਕੋਈ ਵੀ ਮਸਾਲੇ ਵਾਲੀ, ਤੇਲ ਵਾਲੀ ਚੀਜ਼ਾਂ ਖਾਂਦੇ ਹਾਂ, ਸਾਡੇ ਢਿੱਡ ਦੇ ਵਿੱਚ ਤੇਜ਼ਾਬ ਬਣਦਾ. ਬਿਲਕੁਲ, ਠੀਕ ਹੈ ਨਾ? ਤੇ ਤੇਜ਼ਾਬ ਬਣਦਾ, ਤੇ ਤੁਹਾਨੂੰ ਸਮਝਾਇਆ ਯੂਰਿਕ ਐਸਿਡ ਇਸ ਐਸਿਡ, ਤੇ ਉਹਨੂੰ ਇਹ ਇਨਡਾਇਰੈਕਟਲੀ ਸਾਡੀ ਬੋਡੀ ਦੇ ਵਿੱਚ ਇਹ ਯੂਰਿਕ ਐਸਿਡ ਵਧਾਏਗਾ.